ਠੰਡਾ ਪਿਆ ਕਿਸਾਨਾਂ ਦਾ ਅੰਦੋਲਨ 2.0 ਜੀ ਹਾਂ ਕਿਸਾਨਾਂ ਦਾ 2.0 ਅੰਦੋਲਨ ਠੰਡਾ ਪੈ ਗਿਆ ਏ ਦਿੱਲੀ ਦੇ ਜਿਹੜੇ ਬਾਰਡਰ ਸੀਲ ਕੀਤੇ ਗਏ ਸੀ ਪੁਲਿਸ ਦੇ ਵੱਲੋਂ ਉਹ ਖੁੱਲਣੇ ਸ਼ੁਰੂ ਹੋ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਬੈਰੀਗੇਟਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਸਰਵਿਸ ਲਾਈਨ ਤੇ ਜੋ ਸੀਮਿੰਟ ਦੀ ਕੰਧਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਵੀ ਤੋੜਿਆ ਜਾ ਰਿਹਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਿੰਘੂ ਅਤੇ ਟਿੱਕਰੀ ਬਾਰਡਰ ਦੀਆਂ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਹਟਾਈ ਜਾ ਰਹੀ ਹੈ ਸਰਾਖ ਖੋਲੇ ਜਾ ਰਹੇ ਨੇ ਤਾਂ ਕਿਸਾਨੀਆਂ ਦਰਨ ਨੂੰ ਲੈ ਕੇ ਇਹ ਇੰਤਜ਼ਾਮ ਕੀਤੇ ਗਏ ਸੀ ਤਾਂ ਕਿ ਕਿਸਾਨ ਦਿੱਲੀ ਦੇ ਅੰਦਰ ਦਾਖਲ ਨਾ ਹੋ ਸਕਣ ਤਾਂ ਕਿਸਾਨਾਂ ਦਾ ਦਿੱਲੀ ਕੂਚ ਦਾ ਪ੍ਰੋਗਰਾਮ 29 ਤਰੀਕ ਤੱਕ ਮੁਲਤਵੀ ਹੋ ਚੁੱਕਾ ਹੈ ਸ਼ੰਭੂ ਖਨੋਰੀ ਬਾਰਡਰ ਤੇ ਜਾਰੀ ਰਹੇਗਾ ਧਰਨਾ ਦਿੱਲੀ ਕੂਚਵਾਲ ਜਿਹੜਾ ਪਲਾਨ ਕੀਤਾ ਗਿਆ ਸੀ ਉਹ ਹਾਲੇ ਕੈਨਸਲ ਕਰ ਦਿੱਤਾ ਗਿਆ ਏ ਹਲੇ ਹੋਲਡ ਤੇ ਕਰ ਦਿੱਤਾ ਗਿਆ ਏ ਤਾਂ ਅੱਜ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ ਤੇ 29 ਫਰਵਰੀ ਨੂੰ ਅਗਲੀ ਰਣਨੀਤੀ ਕੀ ਹੋਵੇਗੀ ਕਿਸਾਨਾਂ ਦੀ ਉਸ ਦਾ ਵੀ ਐਲਾਨ ਕੀਤਾ ਜਾਵੇਗਾ ਕਿਸਾਨ ਅਗੂ ਪੰਦੇਰ ਅਤੇ ਡੱਲੇਵਾਲ ਦੋਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਅੰਦੋਲਨ ਜਿਹੜਾ ਹੈ ਇਸ ਵੇਲੇ ਹਾਲੇ ਠੰਡਾ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਜਿਹੜੇ ਬੈਰੀਕੇਡ ਪੁਲਿਸ ਦੇ ਵੱਲੋਂ ਲਗਾਏ ਗਏ ਸੀ ਦਿੱਲੀ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਵੱਲੋਂ ਥਾਥਾ ਤੇ ਬੈਰੀਕੇਟਿੰਗ ਕੀਤੀ ਗਈ ਸੀ ਤਾਂ ਟਿੱਕਰੀ ਅਤੇ ਸਿੰਘੂ ਬਾਰਡਰ ਤੇ ਉਹ ਬੈਰੀਕੇਡ ਹਟਾ ਲਏ ਗਏ ਨੇ ਸਰਵਿਸ ਲਾਈਨ ਜਿਹੜੀਆਂ ਸੀ ਸਰਵਿਸ ਲੇਨ ਜਿਹਨੂੰ ਅਸੀਂ ਕਹਿੰਨੇ ਆ ਸਲਿੱਪ ਰੋਡ ਕਹਿ ਦਿੰਨੇ ਆ ਉੱਥੇ ਸਿਮਿੰਟ ਦੀਆਂ ਕੰਧਾਂ ਬਣਾ ਦਿੱਤੀਆਂ ਗਈਆਂ ਸੀ ਸਰੀਏ ਲਗਾ ਦਿੱਤੇ ਗਏ ਸੀ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਕਰਕੇ ਹਟਾਇਆ ਜਾ ਰਿਹਾ ਹੈ ਤਾਂ ਦੇਖੋ ਇਹ ਤਸਵੀਰਾਂ ਜੋ ਸਿੰਘੂ ਅਤੇ ਟਿੱਕਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਅੱਜ ਹਮਨੇ ਇਹ ਫੈਸਲਾ ਲਿਆ ਹੈ ਕਿ ਹਮ 25 24 ਤਰੀਕ ਨੂੰ ਕਲਕੱਟਾ 24 ਤਰੀਕ ਨੂੰ ਕੱਲ ਸਾਡੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਚੈਨਲ ਮਾਰਚ निकालेंगे 27 ਤਰੀਕ ਨੂੰ ਜਿਵੇਂ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਆਪਣੇ ਫੋਰਮਾ ਦੀ ਮੀਟਿੰਗ 'ਚ ਵੱਡੀ ਚਰਚਾ ਕਰੂਗਾ ਦੇਸ਼ ਲੈਵਲ ਦੇ ਸਾਰੀਆਂ ਜਥੇਬੰਦੀਆਂ ਸੱਦੀਆਂ ਜਾਣਗੀਆਂ ਆਪਣੇ ਬਾਰਡਰਾਸ ਤੇ ਆਰੇਦੋਂ ਦਾ 28 ਤਰੀਕ ਨੂੰ ਜਿਹੜਾ ਵਾ ਉਹ ਅਸੀਂ ਦੋਵਾਂ ਫੋਰਮਾਂ ਦੀ ਸਾਂਝੀ ਮੀਟਿੰਗ ਕਰਾਂਗੇ ਵੀ ਕੀ ਆ ਕੀ ਕਰਨਾ ਚਾਹੀਦਾ ਤੇ 29 ਤਰੀਕ ਨੂੰ ਅਗਲਾ ਐਲਾਨ ਹੋਊਗਾ ਵੀ ਅੱਗੇ ਮੋਰਚੇ ਦੀ ਕੀ ਪੋਜੀਸ਼ਨ ਰਹਿਣ ਵਾਲੀ ਹੈਗੀ ਆ ਵੀ ਜੋ ਸ਼ੂਟਰ ਤੇ ਇਸ ਅੰਦੋਲਨ ਮੇ ਖਾਨੌਰੀ ਕੇ ਉਪਰ हमारे लोगों ने कल रजिंद्रा अस्पताल में उनको देखा है और जब उन्होंने पड़ताल करने की कोशिश की तो पंजाब सरकार के जो पुलिस के अधिकारी थे उन्होंने कहा ये हमारे ही साथी थे तब वहाँ से वो भाग निकले हैं तो हरियाणा जो शंभू है और खनौरी बॉर्डर है यहाँ दो दो सौ अढ़ाई अढ़ाई सौ आदमी सी के हरियाणा के सी स्टाफ के और उन उनके मुखबरे घुसे हुए हैं जिसको पंजाब की पुलिस अच्छी तरह से जानती है उसके ऊपर कोई रोक भी नहीं लगाती है और जिस तरह से वो कार्य कर रहे हैं तो हमने कल भी करा कहा था कि यहाँ जो भी लीडर्स हैं किसान नेता हैं मजदूर नेता हैं उनके ऊपर हमला भी करवाया जा सकता है जब पंजाब सरकार कोई आपत्ति नहीं करती पंजाब सरकार की ये ड्यूटी बनती है कि वो यहाँ जान माल की राखी करे जब पंजाब सरकार के अधिकार को मालूम होता है कि ये हरियाणा का सीआईडी स्टाफ है ये दूसरा जग इनको आपत्ति नहीं है तो हमारे अंदर घुस के वो हमारी ट्रॉलियों में पूरी तरह सारे कार्य करके किसी भी किसान नेता को नुकसान कर सकते हैं उनके लिए किसी एक्सीडेंट में किसान नेता को मरवाना बहुत आसान हो जाएगा तो इसके बारे में सभी लोगों को सचेत करते हैं जिस तरह से बहुत से ਇਸ ਤਰ੍ਹਾਂ ਦੇ ਲੋਕ ہمارے ਅੰਦੋਲਨ ਵਿੱਚ ਉਹਨਾਂ ਨੇ ਘੁਸਾ ਰੱਖੇ ਤਾਂ ਜੋ ਉਹ ਅੰਦੋਲਨ ਦਾ ਨਕਸ਼ਾ ਵਿਗਾੜ ਸਕੇ ਖਰਾਬ ਕਰ ਸਕੇ ਜਿਵੇਂ ਕਿ ਸੈਂਟਰ ਗਵਰਨਮੈਂਟ